दंदन सदगुरु तेरा ही आसरा। दंदन सदगुरु तेरा जी। आपका नाम? मेरा नाम अपना वैद गुरमुख सिंह है साईं। हाँ जी वैद जी, कहाँ से बात कर रहे हो? सुखसागर कॉलोनी जी। बहुत बहुत स्वागत आपका इस कार्यक्रम में सदगुरु की मीठी बातें, जहाँ हम आपको रूबरू करवा रहे हैं सात संगत तक। आप साझा कीजिए अपना पल, अपनी जिंदगी के वो अनुभव, जिसको सुनने के बाद वाकई में दुनिया एक वैराग्य में आ जाती है कि अगर आज सच्चे सौदा के साथ जुड़े, इस विचारधारा के गुरुजी के सत्संग में आए तो हमारी जिंदगी बदलाव हो गई, परमानंद मिल गया। जी बताइए। नाम 1980 लेता परम पिता जी तो। हाँ जी हाँ जी। ਸਾਡੇ ਪਹਿਲਾਂ ਬਜ਼ੁਰਗ ਪੀੜ੍ਹੀ ਚੱਲਦੀ ਆ ਰਹੀ ਹੈ। ਸੱਚੇ ਪਿਤਾ ਜੀ ਦੇ ਬਹੁਤ ਜਦੋਂ ਨਜ਼ਾਰੇ ਕ੍ਰਿਸ਼ਮੇ ਦੇਖੇ ਨੇ ਤੇ ਬਿਲਕੁਲ ਆਪਣਾ ਕੋਈ ਯਾਦ ਨਹੀਂ ਆਉਂਦਾ। ਅੱਜ ਇੱਥੇ 2012 ਦੀ ਗੱਲ ਹੈ। ਹਾਂਜੀ ਹਾਂਜੀ। ਸੁਖਸਾਗਰ ਕਲੋਨੀ ਦੇ ਵਿੱਚ ਮੇਰਾ ਆਪਣਾ ਸਿਲੰਡਰ ਲੀਕ ਹੋ ਗਿਆ ਜੀ, ਘਰੇ ਅੱਗ ਲੱਗ ਗਈ। ਤਿੰਨ ਮੈਂਬਰ ਮੇਰੇ, ਮੇਰਾ ਬੇਟਾ, ਮੇਰੇ ਘਰ ਦੇ ਤੇ ਮੇਰੀ ਮੰਮੀ ਜੀ, ਤਿੰਨ ਜਾਣੇ ਆਪਣੇ ਆਪਣੇ ਹੋਸਪਿਟਲ ਦੇ ਵਾਲੇ ਹੋਸਪਿਟਲ ਦੇ ਵਿੱਚ ਇੱਧਰ ਐਡਮਿਟ ਰਹੇ ਨੇ। ਅੱਛਾ ਹਾਂਜੀ ਹਾਂਜੀ। ਤੇ ਇੱਕ ਹਫ਼ਤਾ ਇੱਥੇ ਰੱਖਿਆ ਤੇ ਬਾਕੀ ਵੀ ਮਾਲਕ ਦੀ ਪਿਤਾ ਜੀ ਦੀ ਰਹਿਮਤ ਦੇ ਨਾਲ ਨਾ ਪਹਿਲੇ 80% ਸਿਹਤ ਚੱਲ ਗਿਆ ਸੀ ਮੇਰੇ ਘਰਦਿਆਂ ਦਾ। ਅੱਛਾ ਜੀ ਜੀ ਜੀ। 80% ਸਿਹਤ ਚੱਲ ਗਿਆ ਸੀ ਤੇ ਹੁਣ ਬਿਲਕੁਲ ਕੋਈ ਦਾਗ ਵੀ ਨਹੀਂ। ਬਹੁਤ ਹੀ ਗਜ਼ਬ ਦੀ ਗੱਲ ਹੈ, ਬਹੁਤ ਹੀ ਕਮਾਲ ਦੀ ਗੱਲ ਹੈ। ਕਿਉਂਕਿ ਕਹਿੰਦੇ ਵੀ ਜਨਮ ਤੋਂ ਬਾਅਦ ਨਾ ਸਰੀਰ ਦੇ ਵਿੱਚ ਉਹ ਨਿਸ਼ਾਨ ਕਿਤੇ ਨਾ ਕਿਤੇ ਰਹਿ ਜਾਂਦੇ, ਉਹ ਪੂਰਨ ਤੌਰ ਤੇ ਨਹੀਂ ਭਰਦੇ, ਅਖੀਰਲੇ ਸਾਹ ਤੱਕ ਉਹ ਨਿਸ਼ਾਨ ਉਦੋਂ ਦੇ ਉਦਾਂ ਰਹਿੰਦੇ ਆ। ਡਾਕਟਰ ਸਾਹਿਬ, ਰਹਿਣ ਦੀ ਗੱਲ ਤਾਂ ਇੱਕ ਅਲੱਗ ਹੋ ਗਈ, ਅਕਸਰ ਦੇਖਿਆ ਖੁਦ ਆਪਦੀ ਅੱਖਾਂ ਨਾਲ ਦੇਖਿਆ ਕਿਤੇ ਸਿਲੰਡਰ ਦਾ ਫਟ ਜਾਣਾ, ਅੱਗ ਲੱਗ ਜਾਣਾ, ਤੁਸੀਂ ਦਾਗ ਦੀ ਗੱਲ ਕਰਦੇ ਹੋ, ਜ਼ਿੰਦਗੀਆਂ ਚਲੀਆਂ ਜਾਂਦੀਆਂ ਹੈ। ਚਲੀਆਂ ਜਾਂਦੀਆਂ, ਬਿਲਕੁਲ ਬਿਲਕੁਲ ਬਿਲਕੁਲ। ਹਾਂਜੀ ਜੀ। ਇਸ ਤਰ੍ਹਾਂ ਸੀ ਆਪਣਾ ਨਾ ਪੈਪ ਕਿਤੇ ਕੱਟੀ ਗਈ। ਹਾਂਜੀ ਹਾਂਜੀ। ਸਿਲੰਡਰ ਲੀਕ ਹੋਈ ਗਿਆ ਜਦੋਂ ਸਵੇਰੇ ਉੱਠ ਕੇ ਇੱਥੇ ਘਰ ਦੇ ਸਟੇਡੀਅਮ ਚ ਸੇਵਾ ਕਰਦੇ ਸੀ ਮਸਾਨਾ ਜੀ ਧੰਮ। ਜੀ ਜੀ ਬਿਲਕੁਲ। ਜਦੋਂ ਆਣ ਕੇ ਚੁੱਲ੍ਹਾ ਆਨ ਕਰਨ ਲੱਗੇ, ਚੁੱਲ੍ਹਾ ਪੱਕ ਪੱਕ ਕਰਕੇ ਅੱਗ ਸਾਰੇ ਛਰਲੇ ਬਣ ਕੇ ਨਿਕਲਣ ਲੱਗ ਗਏ। ਇਹਨਾਂ ਦਾ ਮੂੰਹ ਸਾਰਾ ਜਲ ਗਿਆ ਸੀਗਾ ਤੇ ਆਪਣਾ ਛਾਤੀ ਜਲ ਗਈ ਸੀਗੀ। ਮੇਰੀ ਮੰਮੀ ਤੇ ਮੇਰਾ ਬੇਟਾ ਆਪਣਾ ਫੋਨ ਕਰੀ ਜਾਂਦੇ ਸੀਗੇ, ਰਾਹਦਾਰੀ ਚ ਗਲੀ ਚ ਖੜੇ, ਉਹਨਾਂ ਨੂੰ ਅੱਗ ਪੈ ਗਈ। ਮੇਰੀ ਮੰਮੀ ਦਾ ਵੀ ਮੂੰਹ ਚਲ ਗਿਆ ਸੀ, ਬੱਚੇ ਵੀ ਆਪਣਾ ਸੈਡ ਚਲ ਗਈ ਸੀ, ਇੱਕ ਸੈਡ ਖੱਬੀ ਸੈਡ। ਹਾਂਜੀ ਹਾਂਜੀ। ਤੇ ਬੱਚਾ ਹੁਣ 10ਵੀਂ ਚ ਮੈਟ੍ਰਿਕ ਪੜ੍ਹ ਰਿਹਾ ਤੇ ਆਪਣਾ ਇੱਕ ਤਿੰਨ ਜਿੰਨਾ ਵੀ ਬੱਚੇ ਦੇ ਨਿਸ਼ਾਨ ਨੀ ਹੈਗਾ, ਨਾ ਘਰਦਿਆਂ ਦੇ। ਘਰਦਿਆਂ ਦੇ ਜੇ ਆਪਣਾ ਕੋਈ ਵੈਸੇ ਰੂਬਰੂ ਪ੍ਰੋਗਰਾਮ ਹੋਵੇ ਤੇ ਆਪਾਂ ਫੋਟੋ ਦਿਖਾ ਦਈਏ ਨਾ, ਹਾਂਜੀ ਹਾਂਜੀ, ਕੋਈ ਵੀ ਉਸ ਤੇ ਯਕੀਨ ਨੀ ਕਰੂਗਾ ਇਹ ਫੋਟੋ ਇਸ ਦੀ। ਬਿਲਕੁਲ, ਇੰਨੀ ਮਾਲਕ ਦੀ ਰਹਿਮਤ ਹੋਈ। ਬਹੁਤ ਵੱਡੀ ਗੱਲ ਹੈ ਜੀ, ਆਪਣੇ ਆਪ ਬੇਮਿਸਾਲ ਗੱਲ ਹੈ। ਅਕਸਰ ਤਾਂ ਤੁਸੀਂ ਕਹਿੰਦੇ ਸਿਲੰਡਰ ਦੇ ਇੱਦਾਂ ਅੱਗ ਲੱਗ ਨਾਲ, ਮੈਂ ਨਹੀਂ ਅੱਜ ਤੱਕ ਕਦੇ ਸੁਣਿਆ ਜ਼ਿੰਦਗੀ ਬਚਦੀ ਹੈ, ਉਹ ਜ਼ਿੰਦਗੀ ਨੂੰ ਲੈ ਕੇ ਹੀ ਜਾਂਦਾ, ਇੱਦਾਂ ਦਾ ਵਾਕਿਆ ਹੁੰਦਾ ਨਾ, ਜ਼ਿੰਦਗੀ ਤਬਾਹ ਕਰ ਦਿੰਦਾ। ਉਹ ਪਤਾ ਨਹੀਂ ਬਾਈ ਜੀ ਆਪਣਾ ਪਿਤਾ ਜੀ ਨੇ ਕਿਹੜੇ ਕਰਮ ਕੱਟੇ ਆ। ਬਿਲਕੁਲ, ਵਾਕਈ ਤੁਹਾਡਾ ਸਤਿਗੁਰ ਦੇ ਨਾਲ ਜੁੜਨ ਤੋਂ ਬਾਅਦ ਇੱਕ ਤਰ੍ਹਾਂ ਦੀ ਤੁਹਾਡੀ ਜ਼ਿੰਦਗੀ ਹੀ ਬਖਸ਼ਤੀ, ਤੁਹਾਡੇ ਪੂਰੇ ਪਰਿਵਾਰ ਦੀ ਉਹਨਾਂ ਨੇ ਸਤਿਗੁਰ ਦੀ ਰਹਿਮਤ ਨੇ ਇੱਕ ਤਰ੍ਹਾਂ ਦੀ ਜ਼ਿੰਦਗੀ ਹੀ ਬਖਸ਼ਤੀ, ਮੌਤ ਤੋਂ ਹੀ ਤੁਹਾਨੂੰ ਵਾਪਸ ਲਿਆ ਹੈ। ਇਹ ਵਾਕਈ ਆਪਣੇ ਆਪ 'ਚ ਬਹੁਤ ਵੱਡੀ ਗੱਲ ਹੈ। ਅਦਰਵਾਈਜ਼ ਜਿੱਥੇ ਸਿਲੰਡਰ ਚੱਲ ਰਿਹਾ ਉੱਥੇ ਕੋਲੇ ਹੀ ਬੰਦਾ ਖੜਾ ਹੋਵੇ ਤਾਂ ਬਚਣਾ ਇੱਕ ਤਰ੍ਹਾਂ ਦਾ ਅਸੰਭਵ ਜੀ ਗੱਲ ਹੁੰਦੀ ਹੈ। ਬਹੁਤ ਵੱਡੀ ਗੱਲ ਹੈ ਆਪਣਾ, ਕੋਈ ਗੱਲ ਤੁਹਾਡਾ ਪਿਆਰ, ਤੁਹਾਡੀ ਭਾਵਨਾ, ਨਹੀਂ ਦ੍ਰਿੜ ਵਿਸ਼ਵਾਸ ਤੁਹਾਡਾ ਜੀ। ਜਿੰਨਾ ਚਿਰ ਤਕਰੀਬਨ ਦੇਗੂ ਪੜ੍ਹਦਾ ਸੀ ਪੰਜਵੀਂ ਛੇਵੀਂ ਕਲਾਸ ਚ, ਇੰਨੀ ਹੱਦ ਤੋਂ ਵੱਧ ਸੇਵਾ ਕਰਦਾ ਸੀਗਾ ਤੇ ਵਿਸ਼ਵਾਸ ਸੀਗਾ, 100% ਵਿਸ਼ਵਾਸ ਸੀਗਾ। ਖੁਦ ਮੇਰੇ ਆਪ ਮੈਂ ਬੈਡ ਆ, ਮੇਰੇ ਆਪਣਾ ਖੱਬੇ ਹੱਥ ਦੇ ਉੱਪਰ ਨਾ ਗੁਰਦੇ ਉੱਤੇ ਰਸੋਲੀ ਸੀ। ਕਈ ਕਈ ਆਪਣੇ ਹੋਸਪਿਟਲ ਵੀ ਚੈੱਕ ਕਰਾਇਆ, ਆਪਣਾ ਇੱਥੇ ਲੋਕਲ ਵੀ ਆਪਣਾ ਸਸਤੇ ਆਪਣਾ ਕਈ ਡਾਕਟਰ ਨੂੰ ਦਿਖਾਤਾ, ਉਹ ਕਈ ਆਪਰੇਸ਼ਨ ਹੋਊਗਾ ਤੇ ਇਹ ਆਪਾਂ ਬਿਮਾਰੀ ਵਾਲਾ ਪ੍ਰਸ਼ਾਦ ਲੈਤਾ ਸੀਗਾ, ਪ੍ਰਸ਼ਾਦ ਲੈ ਕੇ ਸੇਵਨ ਕਰਦੇ ਰਹੇ ਤੇ ਮੈਨੂੰ ਤੀਜੇ ਚੌਥੇ ਦਿਨ ਮਗਰੋਂ ਰਿਜ਼ਲਟ ਮਿਲਿਆ ਜੀ ਇਹਦਾ, ਉਹ ਮਹੀਨੇ ਚ ਨੀ। ਮੈਨੂੰ ਮੈਂ ਆਖਿਆ ਪਹਿਲਾਂ ਮੈਂ ਰੋਜ਼ਾਨਾ ਡੇਲੀ ਉਸਦੀ ਮਾਲਿਸ਼ ਕਰਵਾਉਂਦਾ ਘਰਦਿਆਂ ਤੋਂ, ਉਹ ਮੈਨੂੰ ਨਹਾਉਣ ਲੱਗੇ ਪਤਾ ਲੱਗਿਆ ਵੀ ਯਾਰ ਸੋਈ ਕਿੱਧਰ ਗਈ ਜਾਂ ਗੰਢ ਜੀ ਕਿੱਧਰ ਗਈ। ਗੰਢ ਜਿਸ ਤਰ੍ਹਾਂ ਗੋਲੀ ਰੱਖੀ ਹੁੰਦੀ ਹੈ ਨਾ ਜੀ,
इस तरह के गंध से कोई निशान भी है नहीं। जी तो है ही बिल्कुल जी वचन ने अक्सर मेनू उस पिता जी दे इना इना दे इस करिश्मे तो मेनू उस मजलिस दे पिता जी दे वो वचन याद आ गए। पिता ने बहुत ही मतलब सीरियस होके गल कही सी, कहंदे बेटा जो सेवादार हुंदे है ना वो मालक दे जिगर दे टुकड़े ते अखां दे तारे हुंदे है। ये वाकई सतगुर मतलब आपदे सेवादारां दा नूं तां सेवा दा फल नगदो नगद दिंदा ही है। ये दुनिया दे वास्ते हैरानी दी गल होगी बट एक प्रेमी वास्ते एक कोई मतलब एक आम जी ही गल आज दे टाइम च कहिए तां होगा। बिल्कुल सही बात है, ये आपकी बात सही है जी, आपकी जिनका कहते दृढ़ विश्वास होता है ना वो वचन पिता जी के बहते। हाँ जी बोलिए। इतना भाई जी दृढ़ विश्वास है कि अपने आप का कोई मिसाल नहीं कर सकता, दस नहीं बयान नहीं कर सकते। बिल्कुल 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 बयान नहीं कर सकते। ते जिस तरह ते मेरे घरे अग लगी उस टाइम मेरे को गड्डी गड्डी दे विच ना ट्रॉक कढ़िया पिया सी, पेट्रोल दी कैनी डिंगी हो गई, पेट्रोल नूं नहीं अग लगी, उत्तों टक्कर डिंगा हो गया। वाह जी वाह वाह जी, बाकी पेट्रोल को आग ना लगना और प्लास्टिक दी कैनी अग फड़ी होवे तां कर्म कटे ने कोई। बिल्कुल बिल्कुल जी, मौत मौत सी, वो मौत वरगा ही कर्म कटे जी। एडी मत फिर दूसरा आ जेड़ा मैं सॉरी दा खुद अपने लिए दस रहे हैं, मेनू डॉक्टरां ने ਇਹ ਕਹਿਤਾ ਸੀ ਵੀ ਪੇਸ਼ੈਂਟ ਤੋਂ ਬਣਾਏ ਦਾ ਹੋਰ ਕੋਈ ਹੱਲ ਨਹੀਂ ਹੈਗਾ। ਇੱਥੇ ਆਪਣੇ ਹਸਪੀਟਲ ਵੀ ਦਿਖਾ ਲਿਆ, ਇਹਨਾਂ ਨੇ ਵੀ ਆਪਣਾ ਇਹ ਦੱਸਿਆ ਕਹਿੰਦੇ ਵੀ ਆਪਰੇਸ਼ਨ ਹੋਊਗਾ। ਜੀ ਜੀ ਜੀ, ਜਿਵੇਂ ਗੋਲੀ ਰੱਖੀ ਹੁੰਦੀ ਹੈ ਨਾ ਗੋਟੀ ਦੇ ਉੱਪਰ, ਇਸ ਤਰ੍ਹਾਂ ਸੀ ਆਪਣਾ ਇਹ ਸਿਰਫ ਪੰਜ ਚਾਰ ਦਿਨਾਂ ਦੇ ਵਿੱਚ ਇੱਕ ਤਾਂ ਮੈਂ ਆਪਣਾ ਪਛਾ ਲਿਆ ਸੀ ਬਿਮਾਰੀ ਦਾ, ਇੱਕ ਬਲੱਡ ਡੋਨੇਟ ਕੀਤਾ ਸੀ ਜੀ। ਬਿਲਕੁਲ ਵਹੀ ਤੁਹਾਡੀ ਭਾਵਨਾ ਤੇ ਤੁਸੀਂ ਸਤਿਗੁਰ ਦੇ ਵਚਨਾਂ ਤੇ ਪੂਰਾ ਪੂਰਾ ਖਰੇ ਉਤਰੇ ਤੇ ਇਸੇ ਭਾਵਨਾ ਨੇ ਇਸੇ ਪਿਆਰ ਨੇ ਤੁਹਾਡੇ। ਹਾਂ ਬਾਈ ਜੀ, ਕੋਈ ਇਹ ਨੀ ਸੋਚ ਕੇ ਆਪਾਂ ਨੇ ਬਲੱਡ ਦਿੱਤਾ ਸੀ ਜਾਂ ਆਪਣਾ ਪਿਸ਼ਾਬ ਬਿਮਾਰੀ ਵਾਲਾ ਤਾਪਤਾ ਲਿੱਤਾ ਸੀ ਵੀ ਇਸ ਨੂੰ ਸੋਚ ਕੇ ਬਲੱਡ ਇਸ ਕਰਕੇ ਨੀ ਮੇਰੀ ਰਸੋਈ ਖਤਮ ਹੋ ਜੀ। ਜਿਵੇਂ ਪਿਤਾ ਜੀ ਨੇ उनकी दुआएं आपके साथ आ रही है ना, बड़े बड़े पहाड़ जैसे कर्मों को कंकर में कंकर से निकाल दिया, वरना तो नहीं कभी सुना ही नहीं, कभी जाना ही नहीं, कभी ये अनुभव ही नहीं किया कि ऐसा भी हो सकता है। वैसे एक और भाई जी, अपना 2012 ਦੇ ਵਿੱਚ ਹੀ ਆਪਣਾ ਮੇਰੀ ਨਾ ਮੰਮੀ ਦੀ ਡੈਥ ਹੋ ਗਈ ਸੀ, ਉਹਨਾਂ ਦੀ ਉਮਰ ਸੀਗੀ 76 ਸਾਲ ਦੀ। ਉਹਨਾਂ ਨੇ ਆਪਣਾ ਜਿਉਂਦੇ ਜੀ ਆਪਣਾ ਨੇਤਰਦਾਨ ਤੇ ਸਰੀਰ ਦਾਨ ਕਰ ਰੱਖਿਆ ਸੀਗਾ। ਉਹਨਾਂ ਦਾ ਸਰੀਰ ਨੇਤਰਦਾਨ ਕੀਤੇ, ਜਿੰਨੇ ਕੋਈ ਸਾਡੇ ਰਿਸ਼ਤੇਦਾਰ ਨੇ ਕੋਈ ਰਾਗੀ ਢਾਡੀ ਨੇ ਇੱਥੇ, ਮੇਰੇ ਕੋਈ ਆ ਕੇ ਨੀ ਖੜਾ ਕਰਨੇ, ਮੈਂ ਨਹੀਂ ਆਉਂਦੇ ਨਾ ਆਉਂਦੇ, ਆਪਾਂ ਨੂੰ ਵਿਸ਼ਵਾਸ ਹੈ, ਆਪਾਂ ਨੂੰ ਵਿਸ਼ਵਾਸ। ਬਿਲਕੁਲ 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 ਜੀ ਬਿਲਕੁਲ। ਤੇ ਉਹਨਾਂ ਦਾ ਸਰੀਰ ਦਾਨ ਕੀਤਾ ਹੋਇਆ, ਤਸਵੀਰਾਂ ਲੱਗੀਆਂ ਹੋਈਆਂ ਨੇ ਤੇ ਆਪਣਾ ਉਹਨਾਂ ਦੇ ਸਰਟੀਫਿਕੇਟ ਪਏ ਨੇ ਮੇਰੇ ਕੋਲ। ਜਿਸ ਤਰ੍ਹਾਂ ਕਿ ਘਰਦਿਆਂ ਨਾਲ ਦੱਸਿਆ ਤੁਹਾਨੂੰ ਆਪਣਾ ਵੀ ਇਹ ਜਲਗੇ ਸੀਗੇ, ਜੇ ਤੁਹਾਡੇ ਰੂਬਰੂ ਹੋਈਏ ਨਾ ਤਾਂ ਤੁਹਾਨੂੰ ਉਹ ਫੋਟੋ ਵੀ ਦਿਖਾਈ, ਫੋਟੋ ਖਿੱਚੀਆਂ ਹੋਈਆਂ ਫੋਟੋਆਂ ਦਿਖਾਈਏ ਤੇ ਹੁੰਦੀ ਆਪਣਾ ਸ਼ਕਲ ਦਿਖਾਈਏ ਤੇ ਉਹਨੂੰ ਕੋਈ ਯਕੀਨ ਨੀ ਕਰ ਰਿਹਾ। ਫਿਰ ਦੇਖੋ ਕਿਤਨੀ ਬੜੀ ਬਾਤ, ਜਿਸ ਕੋ ਕਹਿੰਦੇ ਡਾਕਟਰ, ਇਹੀ ਤੋਂ ਬਾਤ ਹੈ, ਇਸੀ ਬਾਤ ਤੇ ਹਮ ਬਾਤ ਕਰ ਚੁੱਕੇ ਹਾਂ ਕਿ ਜਿਸ ਚੀਜ਼ ਕੋ ਡਾਕਟਰ ਲਾ ਇਲਾਜ ਬੋਲ ਦੇਤੇ ਹੈ ਕਿ ਇਹ ਬਿਮਾਰੀ ਲਾ ਇਲਾਜ ਹੈ, ਇਸਕਾ ਕੋਈ ਇਲਾਜ ਨਹੀਂ ਹੈ, ਇਹ ਬੱਚਾ ਨਾਮੁਮਕਿਨ ਹੈ ਜੀ। ਉਹ ਪਿਤਾ ਜੀ ਨੇ ਇੰਨੀ ਰਹਿਮਤ ਕੀਤੀ ਹੈ ਜੀ, ਇਹ ਸਭ ਤੇ ਮਾਲਕ ਪਿਤਾ ਜੀ ਦਿਆ ਰੱਖਣ, ਮਿਹਰ ਬਣਾਈ ਰੱਖਣ, ਸਾਡੇ ਪਰਿਵਾਰ ਤੇ ਮਿਹਰ ਰੱਖਣ ਜੀ। ਹੱਦ ਤੋਂ ਵੱਧ ਹੁਣ ਮੁੰਡੇ ਦੀ ਮੈਰਿਜ ਕੀਤੀ ਹੈ ਕ੍ਰਿਸ਼ਮੇ, ਉਹ ਸਿੱਖ ਪਰਿਵਾਰ ਸੀਗਾ, ਆਪਾਂ ਉਹਨਾਂ ਨੂੰ ਪਹਿਲਾਂ ਇਹ ਠੋਕ ਕੇ ਕਿਹਾ ਵੀ ਅਸੀਂ ਲੜਕੀ ਨੂੰ ਨਾਮ ਦਵਾਉਣਾ, ਜਾਮ ਧਿਆਉਣਾ ਤੇ ਰਿਸ਼ਤਾ ਸਾਨੂੰ ਮਨਜ਼ੂਰ ਹੈ। ਉਹ ਆਪਸ ਵਿੱਚ ਮੁੰਡੇ ਦੀ ਕੁੜੀ ਦੀ ਗੱਲਬਾਤ ਹੋਣੀ ਸੀ, ਉਹਨਾਂ ਨੇ 28 ਫਰਵਰੀ ਦੇ ਆਨੰਦ ਕਾਰਜ ਸੀਗੇ, 28 ਫਰਵਰੀ ਨੂੰ ਆਪਣਾ ਲੈ ਕੇ ਆਇਆ, ਉਹਨਾਂ ਨੇ ਵੀ ਇਹ ਕੋਲ ਕੀਤਾ ਵੀ ਆਪਣਾ ਹਾਂ ਵੀ ਠੀਕ ਹੈ ਵੀ ਅਸੀਂ ਫੇਸਬੁੱਕ ਤੇ ਉਹਨਾਂ ਨੇ ਗੁਰੂ ਜੀ ਨੇ ਇਹ ਗੱਲ ਕਹੀ ਵੀ ਬੇਟਾ ਅਸੀਂ ਹਰ ਧਰਮ ਦਾ
हर मजहब का दिलों सत्कार करना है, उत्तों ही नहीं दिलों सत्कार करना। और वाकई उस चीज से तुसी पूरे खड़े उतरे ते वाकई अज दे टाइम दे विच जो प्रेमी हो वाकई हर धर्म का बिना किसी धर्म जात देखे हर किस चीज का बहुत दिलों इज्जत सत्कार करते हैं, वो तुसी उस चीज दे हूबहू एक एग्जांपल हो। बहुत पिता जी मैं अपना उन्होंने तो कोई करिश्मा नहीं बयान ही नहीं कर सकते अपना जो डेरे से अटैक होया अपना डेरे का रौला जा हाँ जी हाँ जी बिल्कुल साड़ी कोई सेवा ते ड्यूटी लाती सी ब्रह्मचारियों ने रिजोर्ट जी जी जी, जी। रात की साड़ी पहले की ड्यूटी सी अभी 15 दिन मैं सेवा की है ते 2 महीने मगरों मेरी आपकी खुद की दुकान है अपना इतने दुकान देखो मेरी एड भी चल रही है अपना प्रीत नगर 9 नंबर गली दे ਬਾਈ ਜੀ ਜਿਵੇਂ ਤੁਸੀਂ ਦੱਸਿਆ ਬਹੁਤ ਖੁਸ਼ੀ ਹੋਈ ਜੀ ਤੁਹਾਡਾ ਸਾਂਝਾ ਕੀਤਾ ਆਪਣਾ ਅਨੁਭਵ ਸਾਧ ਸੰਗਤ ਨੂੰ ਬਹੁਤ ਨਿਮ ਕਹਿੰਦੇ ਭਾਵਨਾ ਵਧਣ ਦੀ ਪਿਆਰ ਵੱਧਦਾ ਹੋਰ ਵੀ ਵਾਕਈ ਜੀ ਨੇ ਲੈਵਲ ਕਰ ਉਤਾਰ ਰਹੇ ਨੇ।